ਆਪਾਂ ਅੰਬ ਦਾ ਅਚਾਰ ਯਾਨੀ ਕਿ ਮੈਂਗੋ ਪਿਕਲ ਪਾਉਣ ਜਾ ਰਹੇ ਹਾਂ ਉਹਦੇ ਲਈ ਫਰੈਂਡਸ ਜਿਹੜੇ ਅੰਬ ਸੀਗੇ ਕੱਚੇ ਅੰਬ ਜਿਹੜੇ ਅਚਾਰੀ ਅੰਬ ਆਉਂਦੇ ਉਹਨਾਂ ਨੂੰ ਬਾਹਰੋਂ ਹੀ ਕਟਵਾ ਕੇ ਲਿਆਏ ਹਾਂ ਤੁਸੀਂ ਅਸੀਂ ਦੇਖ ਅਤੇ ਇਹਦੇ ਵਿੱਚ ਜਿਹੜੀ ਛੋਟੀ ਗਿਟਕਾਂ ਹੁੰਦੀਆਂ ਨੇ ਉਹ ਇਸ ਤਰ੍ਹਾਂ ਨਾਲ ਕੱਢ ਲਈਆਂ ਨੇ ਅਲੱਗ ਕਰ ਲਈਆਂ ਨੇ ਅਤੇ ਹੁਣ ਅਸੀਂ ਫਰੈਂਡ ਪਾਵਾਂਗੇ ਵਿੱਚ ਨਮਕ ਨਮਕ ਲਿਆਂਦਾ ਸੇਤਾ ਨਮਕ ਲਿਆਂਦਾ ਅਚਾਰ ਵਾਸਤੇ 1 kg ਹੈ ਅਤੇ 4 kg ਸਾਡੇ ਮੈਂਗੋ ਹੈਗੇ ਆ ਹਾਫ ਆਉਣਗੇ ਹਾਫ ਅਸੀਂ ਹਾਲੇ ਲਿਫਾਫੇ ਦੇ ਵਿੱਚ ਰੱਖੇ ਹੋਏ ਨੇ ਅਤੇ ਹੋਰ ਅਸੀਂ ਲਿਆਂਦੀ ਹੈ ਸੌਂਫ ਅਤੇ ਮੇਥੀ ਅਤੇ ਕਲੌਂਜੀ ਇਹ ਤਿੰਨੋਂ ਮਸਾਲੇ ਇਕੱਠੇ ਹੈ ਫਰੈਂਡ ਇਹ ਹੁਣੇ ਪਾਈਆ ਮਸਾਲੇ ਹੁਣੇ ਇੱਧਰ ਹੋ ਗਈ ਹਲਦੀ ਇਹ ਹੋ ਗਈ ਮਿਰਚ ਇੱਧਰ ਹੋ ਗਿਆ ਫਰੈਂਡ ਇੱਕ ਪਾਊਡਰ ਮਿਲਦਾ ਜਿਹਦੇ ਨਾਲ ਅਚਾਰ ਖਰਾਬ ਨਹੀਂ ਹੁੰਦਾ ਅਸੀਂ ਪਾ ਦਿੰਦੇ ਹਾਂ ਅਤੇ ਥੋੜ੍ਹਾ ਜਿਹਾ ਪਾਉਣਾ ਹੁੰਦਾ ਇਹਦਾ ਨਾਮ ਕੀ ਲਿਖਿਆ ਪੰਜਾਬੀ ਸੋਡੀਅਮ ਬੈਂਜ਼ੋਏਟ ਲਿਖਿਆ ਹਾਂ ਜੇ ਤੁਸੀਂ ਪਾਉਣਾ ਹੋਵੇ ਤਾਂ ਬਾਜ਼ਾਰੋਂ ਇਹ ਲਿਆ ਸਕਦੇ ਹੋ ਸੋਡੀਅਮ ਨਾਮ ਇਹਦਾ ਕੀ ਅਚਾਰ ਵਾਸਤੇ ਜਿੰਨਾ ਤੁਸੀਂ ਤੇਲ ਸਾਨੂੰ ਚਾਹੀਦਾ ਹੁੰਦਾ ਆਪਾਂ ਪਾ ਲਾਂਗੇ ਵੈਸੇ ਤਾਂ ਅਚਾਰ 'ਚ ਤੇਲ ਖੁੱਲ੍ਹਾ ਪਾਉਣਾ ਚਾਹੀਦਾ ਆਪਣਾ ਅਚਾਰ ਤਾਂ ਨਹੀਂ ਖਰਾਬ ਹੁੰਦਾ ਫਰੈਂਡ ਚਲੀਏ ਸਟਾਰਟ ਕਰੀਏ ਅਚਾਰ ਫਰੈਂਡ ਅਸੀਂ ਹੁਣ ਸਟਾਰਟ ਕਰਦੇ ਹਾਂ ਇਹ ਅਸੀਂ ਅੰਬ ਲੈ ਲਿਆ ਅਤੇ ਹੁਣ ਅਸੀਂ ਪਾਵਾਂਗੇ ਨਮਕ ਸੇਂਦਾ ਨਮਕ ਲਿਆ ਅਸੀਂ ਇਹਦੇ ਲਈ ਇਸ ਤਰ੍ਹਾਂ ਪਾਉਣਾ ਫਰੈਂਡ ਅਸੀਂ ਜਿਸ ਤਰ੍ਹਾਂ ਫੈਲਾ ਕੇ ਰਲਾ ਰਲਾ ਕੇ ਸਾਰੇ ਪਾਸੇ ਮਿਕਸ ਕਰ ਦੇਣਾ ਅਚਾਰ ਤਾਂ ਬਹੁਤ ਹੀ ਮਸਟ ਨੇਗੇ ਫਰੈਂਡ ਸਾਰੇ ਘਰਾਂ ਦੇ ਵਿੱਚ ਅਚਾਰ ਤਾਂ ਹੋਣਾ ਹੀ ਚਾਹੀਦਾ ਸੌਂਫ ਅਤੇ ਮੇਥੀ ਇਹ ਮਿਕਸ ਮਸਾਲਾ ਕਲੌਂਜੀ ਹੈ ਕਲੌਂਜੀ ਹੈ ਵਿੱਚ ਇਹ ਬਹੁਤ ਤਿੰਨ ਮਸਾਲੇ ਨੇਗੇ ਇਹਦੇ ਵਿੱਚ ਮਸਾਲੇ ਵਾਲਾ ਅਚਾਰ ਬਹੁਤ ਵਧੀਆ ਹੁੰਦਾ ਫਰੈਂਡ ਕਿਸ ਵੇਲੇ ਰੋਟੀ ਨਾਲ ਖਾਣ ਨੂੰ ਜਿਸ ਤਰ੍ਹਾਂ ਸਬਜ਼ੀ ਨਹੀਂ ਹੈਗੀ ਜਾਂ ਕੁਛ ਦਾਲ ਨਾਲ ਆਪਾਂ ਨੂੰ ਬਹੁਤ ਵਧੀਆ ਅਚਾਰ ਲੱਗਦਾ ਪਰੌਂਠੀ ਨਾਲ ਵੀ ਬਹੁਤ ਸਵਾਦ ਪਰੌਂਠੀ ਨਾਲ ਵੀ ਪੂੜੀ ਨਾਲ ਵੀ ਬਹੁਤ ਸਵਾਦ ਲੱਗਦਾ ਹੈਗਾ ਅਚਾਰ ਤਾਂ ਹੁਣ ਆਪਾਂ ਮਸਾਲਿਆਂ ਦੇ ਵਿੱਚ ਮਿਕਸ ਕਰਤਾ ਹੁਣ ਹਲਦੀ ਹਲਦੀ ਪਾਵਾਂਗੇ ਇਹ ਸਾਰੇ ਮਸਾਲੇ ਰਲਾ ਕੇ ਆਪਣਾ ਅਚਾਰ ਬਣੇਗਾ ਪੰਜ ਮਸਾਲਿਆਂ ਨੂੰ ਬਣਾ ਕੇ ਬਣਦਾ ਵੈਸੇ ਵੀ ਅਚਾਰ ਕਿਹਨੂੰ ਕਿਹਨੂੰ ਪਸੰਦ ਹੈ ਅੰਬ ਦਾ ਅਚਾਰ ਕਮੈਂਟ ਜ਼ਰੂਰ ਕਰੋ ਫਰੈਂਡ ਕਿੰਨੇ ਕਿੰਨੇ ਬਣਾ ਕਿੰਨੇ ਲਿਆ ਅਸੀਂ ਤਾਂ ਕਾਫੀ ਲੇਟ ਹੋ ਗਏ ਅਸੀਂ ਲੇਟ ਥੋੜ੍ਹੀ ਜਿਹੀ ਹੋ ਗਏ ਫਰੈਂਡਸ ਹਾਲੇ ਅਸੀਂ ਅੱਧੇ ਮਸਾਲੇ ਪਾਏ ਜਿੰਨੇ ਲਏ ਸੀਗੇ ਕਿਉਂਕਿ ਅੱਧੇ ਸਾਡੇ ਅੰਬ ਅਜੇ ਫਰੈਂਡ ਪਏ ਹੈ ਹਾਂ ਤਾਂ ਹੁਣ ਆਪਾਂ ਇਹ ਮਿਕਸ ਕਰ ਲਾਂਗੇ ਜੇ ਸਾਰੇ ਆਪ ਕਿਉਂਕਿ ਆਪਾਂ ਸਾਰੇ ਮਸਾਲੇ ਮਿਲਾ ਲਏ ਨਾ ਮਸਟਰਡ ਆਇਲ ਰਹਿ ਗਿਆ ਮਸਟਰਡ ਆਇਲ ਹੁਣੇ ਮਿਲਾਵਾਂਗੇ ਬਾਅਦ ਚੋਂ ਹਾਂ ਹੁਣੇ ਮਿਲਾਵਾਂਗੇ 2 ਮਿੰਟ ਇਹਨੂੰ ਨਾ ਅਸੀਂ ਫਰੈਂਡ ਇਸ ਤਰ੍ਹਾਂ ਪਾਉਣਾ ਵੇ ਕਿ ਸਾਰਾ ਕੁਛ ਅਸੀਂ ਮਿਕਸ ਕਰ ਲੈਣਾ ਇੱਕ ਵਾਰੀ ਆਪਣੇ ਹੱਥ ਨਾਲ ਮੈਂਗੋਸ ਦਾ ਅਚਾਰ ਮੈਂਗੋ ਅਚਾਰ ਬੇਬੀ ਮੈਂਗੋ ਅਚਾਰ ਮੈਂਗੋ ਫਰੈਂਡ ਅਚਾਰ ਅਸੀਂ ਜਿਸ ਤਰ੍ਹਾਂ ਕਿ ਬਣਾਇਆ ਅਤੇ ਆਪਾਂ ਨੇ ਜਦੋਂ ਵੀ ਸਾਡਾ ਅਚਾਰ ਬਣ ਜਾਵੇ ਤਾਂ ਆਪਾਂ ਨੇ ਹੱਥ ਨਾਲ ਅਚਾਰ ਨਹੀਂ ਕੱਢਣਾ ਕਦੀ ਵੀ ਅਚਾਰ ਨਹੀਂ ਕੱਢਣਾ ਹੈਗਾ ਹੱਥ ਨਾਲ ਚਮਚ ਨਾਲ ਕੱਢਣਾ ਚਮਚ ਅਵਲ ਤਾਂ ਕੜਛੀ ਹੋਵੇ ਉਹਦੀ ਲੱਕੜ ਦੀ ਅਤੇ ਸਭ ਤੋਂ ਵਧੀਆ ਵੇ ਜੇ ਲੱਕੜ ਦੀ ਕੜਛੀ ਨਹੀਂ ਹੈਗੀ ਤਾਂ ਤੁਸੀਂ ਚਮਚ ਨਾਲ ਅਚਾਰ ਕੱਢਣਾ ਅਤੇ ਇਹਨੂੰ ਗਿੱਲੇ ਹੱਥ ਕਦੀ ਵੀ ਨਹੀਂ ਲਾਉਣੇ ਅਚਾਰ ਨੂੰ ਜਿਸ ਤਰ੍ਹਾਂ ਕਿ ਤੁਹਾਡੇ ਪਾਣੀ ਵਾਲੇ ਹੱਥ ਹੈ ਜਾਂ ਕੁਛ ਹੈ ਤੁਸੀਂ ਉਹ ਹੱਥ ਨਾਲ ਅਚਾਰ ਨਹੀਂ ਕੱਢਣਾ ਹੈਗਾ ਆ ਜਾ ਮੇਰੀ ਯਾਰ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਣ ਤਾਂ ਕਿ ਸਾਰੇ ਜਿਹੜੇ ਅਚਾਰ ਅਤੇ ਜਿਹੜੇ ਆਪਣੇ ਮਸਾਲੇ ਆਪਾਂ ਇੰਨੇ ਸਾਰੇ ਪਾਏ ਹੈ ਵਿੱਚ ਸਾਰੇ ਮਿਕਸ ਹੋ ਜਾਣ ਅਤੇ ਇਹਦੇ ਉੱਤੇ ਕੋਟ ਹੋ ਜਾਣ ਇੱਕ ਤਰ੍ਹਾਂ ਨਾਲ ਮਸਾਲੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਲਰ ਪਹਿਲਾਂ ਕਿਵੇਂ ਸੀ ਅਤੇ ਹੁਣ ਕਿਵੇਂ ਹੋ ਗਿਆ ਆਫਟਰ ਮਸਾਲਾ ਐਡਿੰਗ ਮਸਟਰਡ ਆਇਲ ਯੂਜ਼ ਹਮੇਸ਼ਾ ਫਰੈਂਡਸ ਅਚਾਰ ਪਾਉਣ ਲਈ ਮਸਟਰਡ ਆਇਲ ਯੂਜ਼ ਕਰੀਦਾ ਹੁੰਦਾ ਜੇ ਤੁਸੀਂ ਖੁੱਲ੍ਹਾ ਜਿੰਨਾ ਸਾਡਾ ਅਚਾਰ ਆ ਉਸ ਤੋਂ ਉੱਪਰ ਤੱਕ ਤੇਲ ਹੋਵੇਗਾ ਅਤੇ ਤਾਂ ਤੁਹਾਡਾ ਅਚਾਰ ਕਦੀ ਵੀ ਖਰਾਬ ਨਹੀਂ ਹੋਏਗਾ ਤੁਸੀਂ ਜਿੰਨੇ ਡੁੱਬਿਆ ਹੋਏਗਾ ਮਰਜ਼ੀ ਰੱਖ ਲਓਗੇ ਡੁੱਬਿਆ ਹੋਵੇ ਨਾ ਅਚਾਰ ਇਹ ਹੁਣ ਅਸੀਂ ਇਹ ਫਰੈਂਡ ਤੇਲ ਪਾ ਰਹੇ ਹਾਂ ਇਹਦੇ 'ਚ ਮਸਟਰਡ ਆਇਲ ਪੂਰੀ 1 ਲੀਟਰ ਦੀ ਬੋਤਲ ਲੈ ਕੇ ਆਉਂਦੀ ਹੈ ਸਾਨੂੰ 5 ਕਿਲੋ ਵਿੱਚ ਸਾਡਾ ਪੈ ਜਾਏਗਾ 2-2.5 ਕਿਲੋ ਤੇਲ ਪਏਗਾ ਤਾਂ ਸਾਡਾ ਅਚਾਰ ਫਰੈਂਡ ਰਹੇਗਾ ਵਧੀਆ ਤਰ੍ਹਾਂ ਸਹੀ ਗੱਲ ਹੈ अचार अचार आम का अचार किसे किसे पसंद है कमेंट में ज़रूर बताएं फ्रेंड्स मेरे दोस्तों मेरे हमदर्दों मेरे व्यूअर्स मेरे यूट्यूबर कमेंट जरूर किया करो जिवें तुसी देख सकते हो फ्रेंड मस्टर्ड ऐड करने तो बाद ऑयल ऐड करने तो बाद कितना ज़्यादा वधिया हो गया अपना अचार हुण असीं डब्बे दे विच इहनूं पा दांगे फ्रेंड एक डब्बा फ्रेंड्स खाली करिया सी इहदे च साडा पहला तो ही अचार हैगा सी इस करके थोड़ा ही येलो येलो हैगा ਸਾਫ਼ ਤਾਂ ਵੈਸੇ ਅਸੀਂ ਕਰ ਲਿਆ ਹੁਣ ਉਹ ਹਲਦੀ ਦੇ ਨਿਸ਼ਾਨ ਨਹੀਂ ਨਾ ਜਾਂਦੇ ਜਿਸ ਤਰ੍ਹਾਂ ਤੇਲ ਪਾਇਆ ਹੁੰਦਾ ਤਾਂ ਫਿਰ ਉਹ ਨਿਸ਼ਾਨ ਹੀ ਨਹੀਂ ਜਾਂਦੇ ਹੈਗੇ ਫਰੈਂਡ ਹੁਣ ਅਸੀਂ ਪਾ ਦੇਵਾਂਗੇ ਡੱਬੇ ਦੇ ਵਿੱਚ ਡੱਬੇ ਵਿੱਚ ਪਾ ਕੇ ਫਰੈਂਡ ਅਸੀਂ ਅਚਾਰ ਅਤੇ ਉੱਪਰੋਂ ਇਹਨੂੰ ਕੱਪੜੇ ਨਾਲ ਬੰਨ ਦੇਣਾ ਅਤੇ 1 ਅੱਧਾ ਦਿਨ ਇਹਨੂੰ ਧੁੱਪ ਲਵਾਵਾਂਗੇ ਬਸ ਜ਼ਿਆਦਾ ਟਾਈਮ ਨਹੀਂ 1 ਅੱਧਾ ਦਿਨ ਹਾਂ ਜ਼ਿਆਦਾ ਨਹੀਂ ਲਵਾਉਣੀ ਹੈਗੀ ਧੁੱਪ ਜਿਨ੍ਹਾਂ ਨੇ ਅਚਾਰ ਬਣਾ ਲਿਆ ਉਹ ਵੀ ਕਮੈਂਟ ਕਰਨ ਕਿ ਅਚਾਰ ਬਣਾ ਲਿਆ ਤੁਸੀਂ ਜਿਨ੍ਹਾਂ ਨੇ ਨਹੀਂ ਬਣਾਇਆ ਉਹ ਸਾਡਾ ਦੇਖ ਕੇ ਜ਼ਰੂਰ ਬਣਾਉਣਾ ਅਤੇ ਜ਼ਰੂਰ ਖਾਣਾ ਫਿਰ ਦੱਸਣਾ ਕਮੈਂਟ ਵਿੱਚ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਸਾਡਾ ਅਚਾਰ ਟੇਸਟੀ ਹੈ ਕਿ ਨਹੀਂ ਕਿਹਦੇ ਮੂੰਹ 'ਚ ਪਾਣੀ ਆ ਰਿਹਾ ਦੇਖ ਕੇ ਅਚਾਰ
ਉਹ ਵੀ ਕਮੈਂਟ ਜ਼ਰੂਰ। ਮੇਰਾ ਤਾਂ ਫਰੈਂਡ ਅਚਾਰ ਨਹੀਂ ਖਰਾਬ ਹੁੰਦਾ ਜਿੰਨੇ ਸਾਲ ਮਰਜ਼ੀ ਮੈਂ ਰੱਖ ਲਵਾਂ। ਮੈਨੂੰ ਤਾਂ ਸਵਾਦ ਹੀ ਬਹੁਤ ਲੱਗਦਾ ਸਾਡੇ ਘਰ ਦਾ ਜਿਹੜਾ ਅਚਾਰ ਨਾ, ਮੈਨੂੰ ਬਾਹਰ ਦਾ ਅਚਾਰ ਇੰਨਾ ਵਧੀਆ ਨਹੀਂ ਲੱਗਦਾ ਫਰੈਂਡ ਜਿੰਨਾ ਮੈਨੂੰ ਘਰ ਦਾ ਅਚਾਰ ਪਸੰਦ ਹੈ। ਉਹਨਾਂ ਨੇ ਫਰੈਂਡ ਸਿਰਕਾ ਪਾਇਆ ਹੁੰਦਾ, ਜਿਹੜਾ ਬਾਜ਼ਾਰ ਦੇ ਅਚਾਰ ਹੁੰਦੇ ਉਹਨਾਂ 'ਚ ਸਿਰਕਾ ਹੁੰਦਾ, ਉਹ ਸਿਰਕੇ ਕਰਕੇ ਵੇਖ ਤਾਂ ਗਲਾ ਖਰਾਬ ਹੋ ਜਾਂਦਾ, ਇੱਕ ਵਧੀਆ ਨਹੀਂ ਲੱਗਦਾ। ਇਸ ਕਰਕੇ ਮੈਨੂੰ ਤਾਂ ਘਰ ਦਾ ਬਣਿਆ ਹੋਇਆ ਅਚਾਰ ਹੀ ਪਸੰਦ ਹੈ। ਇਹ ਦੇਖੋ ਫਰੈਂਡ, ਅਸੀਂ ਹੁਣ ਦੁਬਾਰਾ ਤੋਂ ਫਿਰ ਪਾਉਣ ਲੱਗੇ ਹਾਂ, ਤੁਹਾਨੂੰ ਦਿਖਾਉਂਦੇ ਹਾਂ। ਉਠਲੀਆਂ ਕੱਢ ਲਾਂਗੇ ਦੁਬਾਰਾ ਬਣਾਉਣ ਜਾ ਰਹੇ ਹਾਂ ਫਰੈਂਡ, ਜਿਹੜਾ ਉਹ ਤਾਂ ਅਸੀਂ ਪਾ ਲਿਆ ਡੱਬੇ 'ਚ, ਤਾਂ ਹੁਣ ਤੁਹਾਨੂੰ ਫਿਰ ਅਸੀਂ ਦੱਸ ਰਹੇ ਹਾਂ ਕਿਸ ਤਰ੍ਹਾਂ। ਅਸੀਂ ਅੰਬੀਆਂ ਬਾਜ਼ਾਰੋਂ ਕਟਵਾ ਕੇ ਲਿਆਏ ਹਾਂ ਫਰੈਂਡ, ਇੱਥੇ ਕੱਟ ਕੇ ਦਿੰਦੇ ਅੰਬ, ਅਤੇ ਸਾਡੇ ਤੋਂ ਹੁਣ ਟੋਕਾ ਟੁਕਾ ਨਹੀਂ ਹੁੰਦਾ ਅਤੇ ਕੱਟ ਨਹੀਂ ਹੁੰਦੇ, ਅਸੀਂ ਬਾਜ਼ਾਰੋਂ ਹੀ ਕੱਟੇ ਕਟਾਈ ਲੈ ਆਉਂਦੇ ਹਾਂ ਅੰਬ ਲੈ ਕੇ, ਅਤੇ ਫਿਰ ਉਹ ਸਾਨੂੰ ਕੱਟ ਦਿੰਦੇ ਆ, ਐਕਸਟਰਾ ਪੈਸੇ ਲੈਂਦੇ ਆ ਕੱਟਣ ਦੇ ਫਰੈਂਡ, ਕਟਾਈ ਜਿਹਨੂੰ ਕਹਿੰਦੇ ਹਾਂ। ਅਤੇ ਹੁਣ ਅਸੀਂ ਇਹ ਸਾਰੀਆਂ ਗੁੱਠਲੀਆਂ ਕੱਢ ਲਵਾਂਗੇ। ਕਈ ਲੋਕ ਗੁੱਠਲੀਆਂ ਵੀ ਖਾਂਦੇ ਆ, ਵਿੱਚ ਬਣ ਜਾਂਦੀਆਂ ਜਦੋਂ ਬਹੁਤ ਟੇਸਟੀ ਲੱਗਦੀਆਂ ਨੇ। ਵੈਸੇ ਮੈਂ ਤਾਂ ਸਾਰੀਆਂ ਕੱਢ ਕੁੱਢੀ ਦਿੰਦੀ ਹੈਗੀ ਆ। ਹਾਂ, ਇਹਨੂੰ ਅਲੱਗ ਕਰ ਦਿੰਦੇ ਹਾਂ, ਵਧੀਆ ਹੀ ਰਹਿੰਦਾ ਵੈਸੇ ਵੀ ਜ਼ਿਆਦਾਤਰ ਲੋਕ ਜੀ, ਮੈਨੂੰ ਨਹੀਂ ਪਸੰਦ ਹੈਗੀਆਂ ਇਹ ਖਾਣੀ, ਇਸ ਕਰਕੇ ਸ਼ਾਇਦ ਮੰਮੀ ਕੱਢ ਦਿੰਦੇ ਨੇ। ਗਿਟਕਾ ਆਪਾਂ ਕੱਢਣੀਆਂ ਨੇਗੀਆਂ ਹੁਣ, ਫਿਰ ਉਹੀ ਪ੍ਰੋਸੈਸ ਫਰੈਂਡ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਤੁਸੀਂ ਧਿਆਨ ਨਾਲ ਦੇਖਣਾ ਫਰੈਂਡ, ਨਮਕ ਜ਼ਿਆਦਾ ਪਾਉਣਾ, ਨਮਕ ਥੋੜ੍ਹਾ ਨਹੀਂ ਪਾਉਣਾ ਫਰੈਂਡ, ਨਮਕ ਨਾਲ ਸਾਡਾ ਅਚਾਰ ਲੈਂਦਾ ਜਿਸ ਤਰ੍ਹਾਂ। ਅਤੇ ਅਸੀਂ ਤਾਂ ਸੇਂਦਾ ਨਮਕ ਯੂਜ ਕਰਦੇ ਹਾਂ ਫਰੈਂਡ, ਤੁਸੀਂ ਵੀ ਸੇਂਦਾ ਯੂਜ ਕਰਿਓ। ਹੁਣ ਉਹੀ ਮਸਾਲਾ ਜਿਹਦੇ ਵਿੱਚ ਹੈਗੇ ਸੌਂਫ, ਕਲੌਂਚੀ ਅਤੇ ਮੇਥੀ, ਹੈ ਨਾ ਮੰਮੀ? ਹਾਂ, ਸਾਰੇ ਮਸਾਲੇ ਮਿਕਸ ਭਾਈ ਨੇ ਦੇ ਦਿੱਤੇ, ਵੈਸੇ ਤਾਂ ਮੈਂ ਅਲੱਗ ਅਲੱਗ ਵਧੀਆ ਰਹਿੰਦੇ ਨੇ, ਤਾਂ ਜ਼ਿਆਦਾ ਵੀ ਆ ਜਾਂਦੇ ਹੈ ਨਾ ਮੰਮੀ? ਮਸਾਲਾ ਵਧੀਆ ਰਹਿੰਦਾ ਫਰੈਂਡ, ਜਿਸ ਤਰ੍ਹਾਂ ਸਾਡਾ ਅਚਾਰ ਖਤਮ ਹੋਣ ਵਾਲਾ ਹੁੰਦਾ, ਸੌਂਫ ਅਤੇ ਮੇਥੀ ਨਾਲ ਵੀ ਰੋਟੀ ਖਾ ਲਓ, ਬਹੁਤ ਵਧੀਆ ਲੱਗਦਾ। ਕਈ ਲੋਕ ਮਸਾਲੇ ਨਾਲ ਹੀ ਖਾਣਾ ਪਸੰਦ ਕਰੇ, ਤੁਸੀਂ ਮੇਥੀ ਤਾਂ ਵੈਸੇ ਹੀ ਵਧੀਆ ਹੁੰਦੀ ਹੈ ਫਰੈਂਡ ਖਾਣੀ। ਤੁਸੀਂ ਕਮੈਂਟ ਵਿੱਚ ਦੱਸੋ ਤੁਹਾਨੂੰ ਅਚਾਰ ਦੀ ਜਿਹੜੀ ਫਾੜੀ ਹੁੰਦੀ ਹੈ ਉਹ ਜ਼ਿਆਦਾ ਪਸੰਦ ਹੈ ਕਿ ਜਿਹੜਾ ਉਹਦਾ ਮਸਾਲਾ ਹੁੰਦਾ ਉਹ ਜ਼ਿਆਦਾ ਪਸੰਦ ਹੈ, ਇਹ ਵੀ ਕਮੈਂਟ ਵਿੱਚ ਜ਼ਰੂਰ ਦੱਸਿਓ ਸਾਨੂੰ ਫਰੈਂਡਸ। ਹੁਣ ਅਸੀਂ ਫਰੈਂਡ ਹਲਦੀ ਪਾ ਰਹੇ ਹਾਂ, ਸਾਰੇ ਅਚਾਰ ਵਾਸਤੇ ਅਸੀਂ ਹਲਦੀ ਲੈਂਦੇ ਹਾਂ ਫਰੈਂਡ, 100 ਗ੍ਰਾਮ, 100 ਗ੍ਰਾਮ ਮਿਰਚ, 100 ਗ੍ਰਾਮ ਹਲਦੀ, ਅਤੇ ਪਾਈ ਹੈ ਸਾਡਾ ਮਸਾਲਾ ਸੀਗਾ। ਹੁਣ ਆਪਾਂ ਹਲਦੀ ਮਿਰਚ ਵੀ ਐਡ ਕਰਤੀ ਹੈ, ਹੁਣ ਪਹਿਲਾਂ ਇਹਨੂੰ ਮਿਲਾਵਾਂਗੇ, ਹੈ ਨਾ ਮੰਮੀ? ਹਾਂ, ਹੁਣ ਅਸੀਂ ਪਾਵਾਂਗੇ ਫਰੈਂਡ ਤੇਲ, ਫਾਈਨਲ ਜਿਹੜਾ ਮਸਟਰਡ ਆਇਲ ਹੈ, ਆਇਲ ਆਇਲ ਆਇਲ, ਸਰਸੋਂ ਸਰਸੋਂ ਸਰਸੋਂ, ਮਸਟਰਡ ਆਇਲ ਇਜ਼ ਬੈਸਟ ਫੋਰ ਅਚਾਰ। ਚਲੋ ਜੀ, ਮਿਕਸਿੰਗ, ਇਹ ਦੇਖੋ ਹੁਣ ਆਪਣੇ ਹੱਥ ਨਾਲ ਅਸੀਂ ਇਹਨੂੰ ਫਰੈਂਡ ਮਿਕਸ ਕਰਨਾ ਕਿ ਸਾਰਾ ਕੁਛ ਵਿੱਚ ਨਮਕ ਵਗੈਰਾ ਆਪਣੇ ਜਿਹੜੇ ਪੀਸ ਹੈਗੇ ਨੇ ਇਹਨਾਂ ਦੇ ਉੱਤੇ ਚੜ ਜਾਣ। ਤੁਸੀਂ ਦੱਸੋ ਫਰੈਂਡਸ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਸਾਡੀ ਰੈਸਪੀ, ਹੁਣ ਇਹਨੂੰ ਵੀ ਆਪਾਂ ਬੋਕਸ 'ਚ ਪਾਵਾਂਗੇ। ਚੰਗੀ ਤਰ੍ਹਾਂ ਮਸਲ ਨੇ ਫਰੈਂਡ, ਚੰਗੀ ਤਰ੍ਹਾਂ ਕਿ ਜਿਹੜੇ ਪੀਸ ਹੈਗੇ ਨੇ ਇਹਨਾਂ ਨੂੰ ਨਮਕ ਵਗੈਰਾ ਲੱਗ ਜਾਏ, ਕੋਟ ਹੋ ਜਾਣ ਜਿਹੜਾ ਮਸਾਲਾ ਹੈ ਨਾ ਪੂਰੀ ਤਰ੍ਹਾਂ ਇਸ 'ਤੇ ਚੜ ਜਾਵੇ, ਤਾਂ ਹੀ ਤਾਂ ਬਣੇਗਾ ਟੇਸਟੀ ਟੇਸਟੀ ਮਸਾਲੇਦਾਰ ਅੰਬ ਦਾ ਅਚਾਰ। ਇਹਦੇ 'ਚ ਉਹ ਮਸਾਲਾ ਪਾ ਲਿਆ ਮੰਮੀ ਦੂਸਰਾ ਖਰਾਬ ਨਾ ਹੋਣ ਵਾਲਾ? ਨਹੀਂ ਪਾਇਆ, ਉਹ ਹਲੇ ਨਹੀਂ ਪਾਵਾਂ। ਸਿਮੀਲਰਲੀ ਫਰੈਂਡ, ਹੁਣ ਅਸੀਂ ਇਹਦੇ ਵਿੱਚ ਵੀ ਆਪਣਾ ਜਿਹੜਾ ਮਸਾਲੇਦਾਰ ਤਲਿਆ ਹੋਇਆ ਤਿਆਰ ਅਚਾਰ ਉਹ ਵੀ ਆਪਣੇ ਡੱਬੇ ਦੇ ਵਿੱਚ ਪਾ ਦੇਣਾ। ਫਿਰ ਆਪਾਂ ਕੀ ਕਰਾਂਗੇ, ਜਦੋਂ ਆਪਾਂ ਅਚਾਰ ਇਹਦੇ 'ਚ ਪਾ ਲਿਆ, ਇੱਕ ਕੱਪੜੇ ਨਾਲ ਢੱਕ ਕੇ ਇਹਨੂੰ ਅਗਲੇ ਦਿਨ ਧੁੱਪ ਲਗਵਾਵਾਂਗੇ 1 ਜਾਂ 2 ਦਿਨ, ਤਾਂ ਬਸ ਇੱਕੋ ਦਿਨ ਹੀ ਲਵਾਉਣੀ ਹੈ ਫਰੈਂਡ, ਜ਼ਿਆਦਾ ਧੁੱਪ ਨਹੀਂ ਲਵਾਉਣੀ, ਗਰਮੀ ਹੈ ਨਾ, ਜ਼ਿਆਦਾ ਧੁੱਪ ਨਹੀਂ ਲਵਾਉਣੀ ਹੈਗੀ, 1 ਦਿਨ ਨਹੀਂ ਬਸ ਲਵਾਉਣੀ ਹੈ ਧੁੱਪ, ਅਤੇ ਤੁਹਾਡਾ ਅਚਾਰ ਰੈਡੀ ਹੋ ਜਾਏਗਾ। ਰੈਡੀ ਹੋ ਜਾਏਗਾ, ਅਤੇ ਫਿਰ ਵਾਰ ਵਾਰ ਤੁਹਾਨੂੰ ਕਹਿ ਰਹੀ ਹਾਂ ਜਦੋਂ ਵੀ ਤੁਸੀਂ ਅਚਾਰ ਖਾਣ ਨੂੰ ਕੱਢਣਾ ਤੇ ਚਮਚ ਨਾਲ ਕੱਢਣਾ, ਤੇ ਲੱਕੜ ਦੀ ਕੜਛੀ ਨਾਲ ਕੱਢਣਾ, ਹੱਥ ਨਾਲ ਨਹੀਂ ਕੱਢਣਾ, ਤੇ ਗਿੱਲੇ ਹੱਥ ਨਹੀਂ ਲਾਣੇ ਤੁਸੀਂ ਇਹਨਾਂ ਨੂੰ, ਜਦੋਂ ਗਿੱਲੇ ਹੱਥ ਲਾਤੇ ਤੇ ਅਚਾਰ ਤੁਹਾਡਾ ਹੋ ਜਾਣਾ ਉੱਲੀ, ਲੱਗ ਜਾਣੀ, ਖਰਾਬ ਹੋ ਜਾਣਾ, ਤਾਂ ਅਚਾਰ ਸਾਡਾ ਪ੍ਰੋਪਰਲੀ ਵਿੱਚ ਪਾਤਾ ਹੈ ਸਾਨੇ, ਹੈ ਨਾ ਮੰਮੀ? ਹਾਂ, ਅਜੇ ਥੋੜੇ ਜਿਹੇ ਅੰਬ ਹੋਰ ਹੈ ਫਰੈਂਡ, ਤਾਂ ਫਰੈਂਡਸ ਇਹ ਵੀ ਜਿਹੜਾ ਥੋੜਾ ਜਿਹਾ ਰਹਿ ਗਿਆ ਉਹ ਵੀ ਪਾ ਰਹੇ ਹਾਂ, ਸੌਂਫ ਹੁੰਦੀ ਹੈ ਮਸਾਲੇ 'ਚ ਸੌਂਫ, ਕਿਉਂਕਿ ਆਪਣੇ ਪੇਟ ਦੇ ਲਈ ਬਹੁਤ ਜ਼ਿਆਦਾ ਵਧੀਆ ਰਹਿੰਦੀ ਹੈ। ਮੇਥੀ ਵੀ ਬਹੁਤ ਵਧੀਆ ਹੁੰਦੀ ਹੈ ਫਰੈਂਡ ਗੋਡਿਆਂ ਵਾਸਤੇ, ਆਪਾਂ ਮੇਥੀ ਪਾਉਂਦੇ ਹਾਂ ਜਿਹੜੀ ਬਹੁਤ ਵਧੀਆ ਹੁੰਦੀ ਹੈ ਆਪਣੇ ਗੋਡਿਆਂ ਵਿੱਚ, ਵੀ ਹੈ ਜਿਸ ਤਰ੍ਹਾਂ ਦਰਦ ਹੁੰਦੇ, ਕਲੌਂਚੀ ਤਾਂ ਫਰੈਂਡ ਬਹੁਤ ਵਧੀਆ ਹੈ, ਕਲੌਂਚੀ ਆਪਣੇ ਵਾਲਾਂ ਵਾਸਤੇ ਬਹੁਤ ਵਧੀਆ ਹੁੰਦੀ ਹੈ। ਕਲੌਂਚੀ ਕਲੌਂਚੀ ਮੈਡਮ, ਹਾਂ ਹਿੰਦੀ ਕੀ ਹੈ ਕਲੌਂਚੀ? ਨਮਕ ਪਾਇਆ ਨੇ, ਰਹਿ ਗਿਆ ਸਾਡਾ ਅਚਾਰ ਹੋ ਗਿਆ, ਪਾਤਾ ਅਸੀਂ, ਤਾਂ ਹੁਣ ਅਸੀਂ ਇਹਦੇ 'ਚ ਤੇਲ ਪਾ ਦਾਂਗੇ, 1 ਬੋਤਲ ਅਸੀਂ ਅਜੇ ਮੰਗਾਈ ਹੈ ਫਰੈਂਡ, 1 ਬੋਤਲ ਪੂਰੀ ਪਾ ਦੇਵਾਂਗੇ, ਬਾਕੀ ਅਸੀਂ ਫਿਰ 2-4 ਦਿਨ ਬਾਅਦ ਹੋਰ ਪਾਵਾਂਗੇ ਤੇਲ। ਤੇਲ ਤਾਂ ਬਹੁਤ ਹੀ ਜ਼ਰੂਰੀ ਹੈ, ਜਦ ਸਾਡੇ ਅਚਾਰ ਦੇ ਉੱਪਰ ਤੇਲ ਹੋ ਜਾਏਗਾ, ਡੁੱਬ ਗਿਆ ਅਚਾਰ, ਉਹ ਅਚਾਰ ਸਾਡਾ ਵਧੀਆ ਰਹੇਗਾ ਫਰੈਂਡ। ਜਦੋਂ ਵੀ ਤੁਸੀਂ ਅਚਾਰ ਪਾਉਣਾ, ਤੇਲ ਖੁੱਲ੍ਹਾ ਪਾਓ, ਤੇਲ ਦੀ ਸਰਫਾ ਨਹੀਂ ਕਰਨਾ ਫਰੈਂਡ ਤੁਸੀਂ, ਤਾਂ ਤੁਹਾਡਾ ਅਚਾਰ ਵਧੀਆ ਰਹੇਗਾ, ਜਿੰਨੇ ਸਾਲ ਮਰਜ਼ੀ ਤੁਸੀਂ ਰੱਖ ਲਓਗੇ।
खराब नहीं होएगा, खराब नहीं होएगा थोड़ा अचार। तो हम आप बोतल ही जी सारी खाली कर देनी है अचार के लिए, लगा दें तो उपर कपड़ा बन देवे तो यू कल दिन धुप लवावे बस। ठीक है फ्रेंड्स, मिलते थोड़ा सा अगली वीडियो के उदों तक इंजॉय करो साढ़े अचार।